ਜੀ ਨਹੀਂ ਦਿੱਤੇ ਇਹਨੂੰ, ਕਿੰਨੇ ਪੈਸੇ ਦਿੱਤੇ? 1000 ਰੁਪਇਆ ਦਿੱਤਾ, 1000 ਰੁਪਇਆ ਸਾਨੂੰ ਸੱਦਿਆ। ਇਹ ਗੱਲਬਾਤ ਆ ਕਿ ਸਾਡੇ ਬੰਦਿਆਂ ਦੇ ਗੱਲ ਬੰਦੇ ਪਏ ਆਣ ਕੇ ਆਣ ਕੇ ਮੌਕਾ ਵੇਖੋ, ਮੇਰੀ ਬੇਨਤੀ ਸੁਣੋ, ਗਾਲਾਂ ਕੱਢਣੀਆਂ ਬੰਦ ਕਰੋ, ਬਿਗਾਲਾ ਕੱਢੀਆਂ ਬੰਦ ਕਰੋ, ਲਾਈਵ ਚੱਲਦਾ ਪਿਆ ਕੈਮਰੇ 'ਚ, ਸਾਰੇ ਪਿੰਡ ਦੇ ਮੁਲਾਜ਼ਮ ਬਕਾਇਦਾ ਸਬੂਤ ਆ ਜੀ, ਬਕਾਇਦਾ ਸਬੂਤ ਆ, ਦੱਸੋ ਜੀ ਪੈਸੇ ਲੈਣੇ ਪਹਿਲੀਆਂ ਵੀ ਬਣ ਗਈਆਂ ਦੋ, ਸਭ ਕੁਛ ਚੱਲਣ ਦਿਆ ਨਾਲ। ਹਾਂਜੀ ਸੁਖ ਜੀ, ਕਿੰਨੇ ਪੈਸੇ ਮੰਗੇ ਜੀ? 1000 ਰੁਪਇਆ ਮੰਗਦੇ ਪਏ? ਮੈਂ ਮੰਗਿਆ ਜੀ 1000 ਰੁਪਇਆ। ਅੱਛਾ ਜੀ, ਹਾਂਜੀ, ਨਾਮ ਕੀ ਆਪਣਾ ਭਾਈ? ਬਾਓ ਜੀ ਇਹਨਾਂ ਦਾ ਨਾਂ ਕੀ? ਇਹਨਾਂ ਦਾ ਨਾਂ ਕੋਈ ਨੀ ਵੀਰ, ਸਾਡੇ ਚੰਦਨਾ ਪੱਤਰਕਾਰ ਜੀ ਭਾਜੀ ਤੁਹਾਡੇ ਵੱਲੋਂ ਪੈਸੇ ਮੰਗੇ ਗਏ, ਕੀ ਹੈਗਾ ਕੋਈ? ਇਹਨਾਂ ਨੂੰ ਪੁੱਛੋ ਇਹਨਾਂ ਦਾ ਨਾਮ, ਇਹਦਾ ਨਾਮ ਉਹਦਾ ਨਾਮ ਜੀ, ਇੱਕ ਬੰਦਾ ਕਿੱਥੇ ਤੁਹਾਡਾ? ਹੈਲੋ ਵੀਰ ਜੀ, ਨਾਂ ਤਾਂ ਦੱਸ ਕੇ ਜਾਓ ਮੌਜੂਦਾ। ਚੱਕਰ 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 ਚੱਕ
ਜਸਵਿੰਦਰ ਸਿੰਘ ਮੇਰੀ ਬੇਨਤੀ ਆ ਸਬ ਇੰਸਪੈਕਟਰ ਰਵਿੰਦਰ ਸਿੰਘ ਨੂੰ ਨਸ਼ੇ ਦੀ ਹਾਲਾਤ ਦੇ ਵਿੱਚ ਵੀਰ ਜੀ ਲੈ ਕੇ ਜਾ ਰਿਹਾ ਵੀ ਪੁਲਿਸ ਮੁਲਾਜ਼ਮ ਨੇ ਤੇ ਬੇਨਤੀ ਆ ਜੇ ਸੋਚ ਸਕਦੇ ਆ ਕਿ ਪੰਜਾਬ ਸਰਕਾਰ 'ਚ ਜੇ ਲੱਤਾਂ 'ਚ ਦਮ ਹੈਗਾ ਜੇ ਪੰਜਾਬ ਸਰਕਾਰ ਚੱਲ ਸਕਦੀ ਆ ਤੇ ਮੁਲਾਜ਼ਮ ਦੇ ਉੱਤੇ ਭਗਵੰਤ ਮਾਨ ਜੇ ਚੱਲ ਸਕਦਾ ਤੇ ਇਹਨਾਂ ਨੇ ਪਰਚਾ ਕੱਢ ਕੇ ਵਿਖਾਵੇ ਇਹਨਾਂ ਨੇ 350 ਦੀ ਦਿਹਾੜੀ ਵਾਲਿਆਂ ਕੋ 1000 ਰੁਪਇਆ ਫੜਿਆ ਜਿਹਦੀ ਵੀਡੀਓ ਤੁਹਾਨੂੰ ਤੁਸੀਂ ਲੋਕਾਂ ਦੇ ਨਕਸ਼ ਲਾ